ਜੂਏ ਦੇ ਪੈਸੇ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ। ਪਹਿਲਾਂ ਤਾਂ ਕਿਹਾ ਜਾ ਰਿਹਾ ਕਿ ਇੱਕ ਦੂਜੇ ਦੇ ਉੱਤੇ ਲਾਠੀ ਡੰਡੇ ਬੋਤਲਾਂ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ, ਪਰ ਕਿਹਾ ਜਾ ਰਿਹਾ ਕਿ ਗੱਲਬਾਤ ਇੰਨੀ ਜ਼ਿਆਦਾ ਵਿਚਕਾਰ ਵੱਧ ਗਈ ਕਿ ਦੂਜੀ ਧਿਰ ਨੂੰ ਇੱਕ ਧਿਰ ਦੇ ਉੱਤੇ ਗੋਲੀਆਂ ਤੱਕ ਚਲਾਉਣੀਆਂ ਪਈਆਂ ਨੇ। ਤਾਂ ਦੱਸ ਦਈਏ ਕਿ ਬਦਮਾਸ਼ਾਂ ਦੇ ਹੌਸਲੇ ਇਹਨਾਂ ਦਿਨਾਂ ਸ਼ਰੇਆਮ ਬੁਲੰਦ ਨਜ਼ਰ ਆ ਰਹੇ ਨੇ, ਕਿਉਂਕਿ ਜੂਏ ਦੇ ਪੈਸੇ ਨੂੰ ਲੈ ਕੇ ਇਹ ਆਪਸ ਦੇ ਵਿੱਚ ਝੜਪ ਹੋਈ ਹੈ ਅਤੇ ਝੜਪ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਬਦਮਾਸ਼ ਕੁਝ ਨੌਜਵਾਨਾਂ ਦੇ ਮਗਰ ਭੱਜਦੇ ਨਜ਼ਰ ਆ ਰਹੇ ਨੇ, ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਉਹ ਗਲੀ ਦਾ ਮੋੜ ਮੁੜੇ ਤਾਂ ਦੂਜੇ ਪਾਸੇ ਤੋਂ ਫਾਇਰਿੰਗ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਜੋ ਨੌਜਵਾਨ ਪਹਿਲਾਂ ਭੱਜਦੇ ਦਿਖਾਈ ਦੇ ਰਹੇ ਸੀ ਉਹ ਵਾਪਸ ਪੁੱਠੇ ਪੈਰੀ ਮੁੜ ਜਾਂਦੇ ਨੇ। ਤਾਂ ਦੱਸ ਦਈਏ ਕਿ ਇਹ ਸਾਰੀ ਵਾਰਦਾਤ ਲੁਧਿਆਣਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਕਿਹਾ ਜਾ ਰਿਹਾ ਕਿ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ। ਹਾਲਾਂਕਿ ਇੱਕ ਧਿਰ ਦਾ ਮੈਂਬਰ ਦੱਸਿਆ ਜਾ ਰਿਹਾ ਕਿ ਜ਼ਮਾਨਤ 'ਤੇ ਹੀ ਹਾਲੇ 2 ਮਹੀਨੇ ਪਹਿਲਾਂ ਬਾਹਰ ਆਇਆ ਅਤੇ ਆਉਂਦੇ ਸਾਰ ਹੀ ਉਸਦੇ ਵੀ ਗੋਲੀ ਲੱਗੀ ਹੈ ਅਤੇ ਉਸਨੂੰ ਵੀ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਿ ਬਦਮਾਸ਼ਾਂ ਦੇ ਹੌਸਲੇ ਲਗਾਤਾਰ ਬੁਲੰਦ ਨਜ਼ਰ ਆ ਰਹੇ ਨੇ, ਬੇਖੌਫ ਹੋ ਕੇ ਇੱਕ ਦੂਜੇ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ। ਕੱਲ ਰਾਤ ਤੋਂ ਇੱਕ ਮਾਮਲਾ ਸਾਹਮਣੇ ਆਇਆ, ਉਸਕੋ ਲੇਕਰ ਕਿਸ ਤਰ੍ਹਾਂ ਕੀ ਤਫਤੀਸ਼ ਚੱਲ ਰਹੀ ਹੈ ਔਰ ਕਿਆ ਇਸਮੇ ਮਾਮਲੇ ਮੇਂ ਅਭੀ ਤੱਕ ਕੁਛ ਸੁਰਾਗ ਮਿਲੇ? ਜੀ ਹਾਂ, ਹੁਣ ਅਸੀਂ ਕਰ ਰਹੇ ਹੈਗੇ ਇਹਦੀ ਵੈਰੀਫਿਕੇਸ਼ਨ ਕਰ ਰਹੇ ਹਾਂ, ਜੋ ਵੀ ਇਨਫੋਰਮੇਸ਼ਨ ਮਿਲੀ ਹੈ ਸਾਨੂੰ। ਜਦੋਂ ਤੱਕ ਪ੍ਰੋਪਰ ਵੈਰੀਫਿਕੇਸ਼ਨ ਨਹੀਂ ਹੁੰਦੀ ਹੈ, ਆਈ ਐਮ ਸੋ ਸੋਰੀ, ਮੈਂ ਕੋਈ ਗੱਲ ਇੱਥੇ ਡਿਸਕਲੋਜ਼ ਨਹੀਂ ਕਰ ਸਕਦੀ। ਆਪਾਂ ਤਫਤੀਸ਼ ਕਰ ਰਹੇ ਹਾਂ ਅਤੇ ਜਿਹੜੀ ਵੀ ਗੱਲ ਕਨਫਰਮ ਹੁੰਦੀ ਹੈ ਤਾਂ ਮੈਂ ਤੁਹਾਨੂੰ ਦੱਸੂ ਜੀ। ਮੈਮ, ਗੱਲ ਕਰੀਏ ਸੋਰਸ ਦੇ ਹਵਾਲੇ ਤੋਂ ਵੀ ਖਬਰ ਆਈ ਕਿ ਦੋ ਜਿਹੜੇ ਨੌਜਵਾਨ ਉਹਨਾਂ ਦੀਆਂ ਗੋਲੀਆਂ ਲੱਗੀਆਂ, ਡੀ ਐਮ ਸੀ ਦਾਖਲ ਹੋਏ। ਜੀ, ਮੈਨੂੰ ਵੈਰੀਫਾਈ ਕਰਨਾ ਪੈਣਾ ਹੈ। ਮੈਮ, ਕੁਛ ਪਤਾ ਲੱਗਿਆ ਵੀ ਕਿਹੜੇ ਏਰੀਏ 'ਚ ਵਾਰਦਾਤ ਹੋਈ ਹੈ, ਕਿੰਨੇ ਮੁੰਡੇ? ਜੀ, ਇੱਕ ਵਾਰੀ ਅਸੀਂ ਪਹਿਲਾਂ ਸਾਰਾ ਗੱਲ ਵੈਰੀਫਾਈ ਕਰ ਲਈਏ ਅਤੇ ਤਫਤੀਸ਼ ਸਾਡੀ ਮੁਕੰਮਲ ਹੋ ਜਾਏ ਅਤੇ ਉਸ ਤੋਂ ਬਾਅਦ ਸਾਨੂੰ ਆਪਾਂ ਤੁਹਾਨੂੰ ਪ੍ਰੋਪਰ ਗੱਲ ਦੱਸਾਂਗੇ ਅਤੇ ਪ੍ਰੋਪਰ ਫੈਕਟ ਦੇ ਜਿਹੜਾ ਜੀ ਉਹ ਮੈਂ ਤੁਹਾਨੂੰ ਵੈਰੀਫਾਈ ਕਰਕੇ ਦੱਸ ਸਕਦੀ ਮੌਕੇ 'ਤੇ ਗਈ ਹੈ, ਤੁਹਾਨੂੰ ਕੀ ਸੂਚਨਾ ਮਿਲੀ? ਮੈਂ ਤੁਹਾਨੂੰ ਹੁਣ ਨਹੀਂ ਦੱਸ ਸਕਦੀ ਜੀ, ਮੈਨੂੰ ਇੱਕ ਵਾਰੀ ਵੈਰੀਫਾਈ ਕਰਨ ਤੋਂ ਮੈਨੇ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ, ਮੈਂ ਕਰਕੇ ਮੈਂ ਤੁਹਾਨੂੰ ਮੈਂ ਨਹੀਂ ਦੱਸ ਸਕਦੀ ਜੀ, ਮੈਨੂੰ ਵੈਰੀਫਾਈ ਕਰੋ। ਓਕੇ, ਥੈਂਕ ਯੂ। ਜੂਏ ਦੇ ਪੈਸੇ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ। ਪਹਿਲਾਂ ਤਾਂ ਕਿਹਾ ਜਾ ਰਿਹਾ ਕਿ ਇੱਕ ਦੂਜੇ ਦੇ ਉੱਤੇ ਲਾਠੀ ਡੰਡੇ ਬੋਤਲਾਂ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ, ਪਰ ਕਿਹਾ ਜਾ ਰਿਹਾ ਕਿ ਗੱਲਬਾਤ ਇੰਨੀ ਜ਼ਿਆਦਾ ਵਿਚਕਾਰ ਵੱਧ ਗਈ ਕਿ ਦੂਜੀ ਧਿਰ ਨੂੰ ਇੱਕ ਧਿਰ ਦੇ ਉੱਤੇ ਗੋਲੀਆਂ ਤੱਕ ਚਲਾਉਣੀਆਂ ਪਈਆਂ ਨੇ। ਤਾਂ ਦੱਸ ਦਈਏ ਕਿ ਬਦਮਾਸ਼ਾਂ ਦੇ ਹੌਸਲੇ ਇਹਨਾਂ ਦਿਨਾਂ ਸ਼ਰੇਆਮ ਬੁਲੰਦ ਨਜ਼ਰ ਆ ਰਹੇ ਨੇ, ਕਿਉਂਕਿ ਜੂਏ ਦੇ ਪੈਸੇ ਨੂੰ ਲੈ ਕੇ ਇਹ ਆਪਸ ਦੇ ਵਿੱਚ ਝੜਪ ਹੋਈ ਹੈ ਅਤੇ ਝੜਪ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਬਦਮਾਸ਼ ਕੁਝ ਨੌਜਵਾਨਾਂ ਦੇ ਮਗਰ ਭੱਜਦੇ ਨਜ਼ਰ ਆ ਰਹੇ ਨੇ, ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਉਹ ਗਲੀ ਦਾ ਮੋੜ ਮੁੜੇ ਤਾਂ ਦੂਜੇ ਪਾਸੇ ਤੋਂ ਫਾਇਰਿੰਗ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਜੋ ਨੌਜਵਾਨ ਪਹਿਲਾਂ ਭੱਜਦੇ ਦਿਖਾਈ ਦੇ ਰਹੇ ਸੀ ਉਹ ਵਾਪਸ ਪੁੱਠੇ ਪੈਰੀ ਮੁੜ ਜਾਂਦੇ ਨੇ। ਤਾਂ ਦੱਸ ਦਈਏ ਕਿ ਇਹ ਸਾਰੀ ਵਾਰਦਾਤ ਲੁਧਿਆਣਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਕਿਹਾ ਜਾ ਰਿਹਾ ਕਿ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ। ਹਾਲਾਂਕਿ ਇੱਕ ਧਿਰ ਦਾ ਮੈਂਬਰ ਦੱਸਿਆ ਜਾ ਰਿਹਾ ਕਿ ਜ਼ਮਾਨਤ 'ਤੇ ਹੀ ਹਾਲੇ 2 ਮਹੀਨੇ ਪਹਿਲਾਂ ਬਾਹਰ ਆਇਆ ਅਤੇ ਆਉਂਦੇ ਸਾਰ ਹੀ ਉਸਦੇ ਵੀ ਗੋਲੀ ਲੱਗੀ ਹੈ ਅਤੇ ਉਸਨੂੰ ਵੀ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਿ ਬਦਮਾਸ਼ਾਂ ਦੇ ਹੌਸਲੇ ਲਗਾਤਾਰ ਬੁਲੰਦ ਨਜ਼ਰ ਆ ਰਹੇ ਨੇ, ਬੇਖੌਫ ਹੋ ਕੇ ਇੱਕ ਦੂਜੇ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ।